नरेगा मजदूरों को काम मिलने से मजदूरों में खुशी। मीडिया में बार बार दिखाई जा रही खबर का हुआ असर। जिला मोगा के नरेगा मजदूरों की समस्याओं को मीडिया द्वारा बार बार उठाए जाने के बाद आज नरेगा मजदूरों को काम मिलने से उनके चेहरों पर काफी खुशी देखने को मिल रही है। वहीं आज मोगा जिले के काफी मजदूरों को अपनी रोजगार मिला है। वहीं अगर हम बात करें जिला मोगा के गांव बुकनवाला की, तो वहां पर पिछले काफी लंबे समय से मजदूरों को काम नहीं मिल रहा था, लेकिन आज मजदूरों को काम मिला है, जिसको लेकर मजदूरों ने बताया कि उनको पिछले लंबे समय से काम नहीं मिल रहा था। अब मीडिया भी उनकी समस्याओं को बार बार दिखा रहा था। आज उन्हें काम मिला है और उनका पिछला खड़ा बकाया भी उन्हें मिल रहा है। मजदूरों ने मांग की है कि अब उनको लगातार काम मिलता रहे, ताकि वे अपना और अपने परिवार का गुजर अच्छी तरह से कर सकें। ਪਰਮਜੀਤ ਕੌਰ ਜੀ ਕਿਹੜੇ ਪਿੰਡ ਤੋਂ ਤੁਸੀਂ? ਤੇ ਜਿਹੜਾ ਅੱਜ ਤੁਹਾਡੇ ਨਰੇਗਾ ਮਜ਼ਦੂਰਾਂ ਨੂੰ ਕੰਮ ਮਿਲਿਆ ਹੈਗਾ, ਇਹ ਕਿੰਨੀ ਦੇਰ ਬਾਅਦ ਮਿਲਿਆ ਦੇ ਬਾਰੇ ਸਾਰੀ ਦੋ ਜਾਣਕਾਰੀ? ਬਹੁਤ ਦੇਰ ਬਾਅਦ ਮਿਲਿਆ ਜੀ ਸਾਨੂੰ ਕੰਮ ਜੀ। ਹੁਣ ਖਬਰਾਂ ਸਾਡੀਆਂ ਵੇਖ ਕੇ ਸਾਰਿਆਂ ਨੂੰ ਹੁਣ ਤੁਹਾਨੂੰ ਬਹੁਤ ਦੇਰ ਬਾਅਦ ਕੰਮ ਮਿਲਿਆ, ਤੇ ਹੁਣ ਸਾਨੂੰ ਹੋਰ ਕੰਮ ਮਿਲ ਜਾਵੇ, ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਵੀ ਸਾਨੂੰ ਕੰਮ ਬਹੁਤ ਵਧੀਆ ਚੱਲਦਾ ਰਹਿੰਦਾ ਹੈ। ਤੇ ਜੇ ਗੱਲ ਕਰੀਏ ਪੈਸਿਆਂ ਦੀ, ਤਾਂ ਪੇਮੈਂਟ ਤੁਹਾਨੂੰ ਲਗਾਤਾਰ ਮਿਲਦੀ ਕਿ ਨਹੀਂ ਮਿਲਦੀ? ਨਹੀਂ ਜੀ, ਸਾਨੂੰ ਰੋਕ ਰਹੀ ਹੈ, ਥੋੜ੍ਹੀ ਥੋੜ੍ਹੀ ਰੋਕ ਰਹੀ ਹੈ ਜੀ। ਕਿੰਨੀ ਦੇਰ ਹੋ ਗਈ ਪੈਸਾ ਮਿਲਣ ਨੂੰ ਤੁਹਾਨੂੰ? ਸਰ ਪਹਿਲਾਂ ਜਦੋਂ ਕੰਮ ਚੱਲੇ ਸੀ ਉਦੋਂ ਸਾਨੂੰ ਰੋਕ ਗਈ ਸੀ ਪੇਮੈਂਟ, ਫਿਰ 22 ਦੇਰ ਬਾਅਦ ਪੇਮੈਂਟ ਆਈ ਜੀ। ਹੁਣ ਤਾਂ ਜੀ ਕੰਮ ਵਧੀਆ ਚੱਲੀ ਜਾਂਦਾ, ਪੇਮੈਂਟ ਵਧੀਆ ਮਿਲ ਜਾਂਦੀ ਹੈ ਜੀ। ਵੀਰਪਾਲ ਕੌਰ। ਵੀਰਪਾਲ ਕੌਰ ਜੀ ਕਿਹੜੇ ਪਿੰਡ ਤੋਂ ਤੁਸੀਂ? ਬੁੱਕਣ ਵਾਲੇ ਤੋਂ ਜੀ। ਅੱਜ ਜਿਹੜਾ ਨਰੇਗਾ ਮਜ਼ਦੂਰਾਂ ਨੂੰ ਕੰਮ ਮਿਲਿਆ, ਇਹਦੇ ਬਾਰੇ ਦੋ ਜਾਣਕਾਰੀ। ਹਾਂਜੀ, ਸਾਨੂੰ ਬੜੇ ਦਿਨਾਂ ਤੋਂ ਕੰਮ ਨਹੀਂ ਮਿਲਿਆ। ਅੱਜ ਮਿਲਿਆ ਕੰਮ? ਰੋਜ਼ ਮਿਲ ਜਾਂਦਾ ਕੰਮ?